ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਵਾਲੀ ਵੀਡੀਓ 'ਚ ਇਸ ਵੀਡੀਓ 'ਚ ਆਪਾਂ ਤੁਹਾਨੂੰ ਦੋ ਦ ਜਾਨਵਰ ਦਿਖਾਉਣੇ ਆ ਇੱਕ ਘੋੜੀ ਆ ਇਹ ਚੰਬੀ ਤੇ ਇੱਕ ਨੁਕਰੀ ਬਸ਼ੇਰੀ ਐ ਇੱਕੋ ਘਰ ਦੇ ਜਾਨਵਰ ਆ ਦੋਨੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਨਵੇਂ ਵੀਰ ਆਪਣੇ ਚੈਨਲ ਤੇ ਵੀਡੀਓ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਕਿ ਹਰ ਰੋਜ਼ ਦੀ ਜਿਹੜੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਹੋ ਜੇ ਸੋ ਜੇ ਡਿਟੇਲ ਦੀ ਗੱਲ ਕਰੀਏ ਤਾਂ ਦੋਸਤੋ ਆਹ ਘੋੜੀ ਐ ਜੰਬੀ ਘੋੜੀ ਐ 5 ਸਾਲੇ ਦੀ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਹਾਈਟ ਜਿਹੜੀ ਇਹਦੀ 60 ਇੰਚ ਐ ਐਸ ਟਾਈਮ ਤੇ ਘੋੜੀ ਖਾਲੀ ਐ ਮੀਟ ਨਹੀਂ ਕਰਵਾਈ ਹੋਈ ਬਾਈ ਹੁਣਾਂ ਨੇ ਖਾਲੀ ਘੋੜੀ ਐ ਪੌਰੀਆਂ ਪੂਰੀਆਂ ਦੀ ਸਾਫ ਐ ਦੱਸਿਆ ਬਾਈ ਹੁਣਾਂ ਨੇ ਬਾਕੀ ਦੋਸਤੋ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਲੈ ਲਿਆ ਜੀ ਮੁੱਲ ਐ ਜਿਹੜਾ ਇਹਦਾ 1,30,000 ਰੁਪਇਆ ਕਰਦੇ ਆ ਬਾਈ ਹੁਣੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਦੋਸਤੋ ਸੋ ਬਾਡੀ ਸਾਕ ਤੇ ਤੁਸੀਂ ਚੈੱਕ ਕਰ ਸਕਦੇ ਆਂ ਘੋੜੀ ਦਾ 5 ਸਾਲ ਉਮਰ ਹੈ ਤੇ 60 ਇੰਚ ਦੀ ਹਾਈਟ ਹੈ। ਸੋ ਦੂਸਰੇ ਨੰਬਰ ਤੇ ਜੇ ਗੱਲ ਕਰੀਏ ਤਾਂ ਦੋਸਤੋ ਬਾਈ ਹੁਣਾਂ ਦੇ ਕੋਲੇ ਇੱਕ ਹੋਰ ਨੁਕਰੀ ਬਸ਼ੇਰੀ ਹੈ। ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਇਹ ਬਸ਼ੇਰੀ ਵੀ ਬਾਈ ਹੁਣਾਂ ਦੇ ਘਰੇ ਖੜੀ ਹੈ। ਇਹਦੀ ਉਮਰ ਜਿਹੜੀ 4 ਮਹੀਨੇ ਦੱਸੀ ਹੈ। ਮਾਂ ਵਾਲੇ ਪਾਸੋਂ ਇਹ ਇਹਦੀ ਜਿਹੜੀ ਮਾਂ ਹੈਗੀ ਹੈ ਨੁਕਰੀ ਘੋੜੀ ਹੈ ਦੋਸਤੋ ਤੇ ਪਿਓ ਵਾਲੇ ਪਾਸੋਂ ਇਹ ਅਨਨੋਮ ਲਾਈਨ ਹੈ। ਬਾਈ ਹੁਣਾਂ ਨੂੰ ਪਤਾ ਨਹੀਂ ਇਹ ਕਿਹੜੇ ਘੋੜੇ ਦੀ ਧੀ ਹੈ। ਕੰਨਕੁਨਾਂ ਦੀ ਸ਼ਕੀਨ ਲੱਗਦੀ ਐ ਚੰਗੇ ਸੋਹਣੇ ਜੜਮੇ ਕੰਨ ਲੱਗੇ ਐ ਬਾਕੀ 4 ਕੁ ਮਹੀਨੇ ਦੀ ਉਮਰ ਐ ਤੇ ਇਹ ਵੀ ਬਾਈ ਹੁਣਾਂ ਦੇ ਘਰੇ ਖੜੀ ਐ ਦੋਸਤੋ ਇਹ ਦਾ ਜਿਹੜਾ ਮੁੱਲ ਹੈਗਾ ਬਾਈ ਹੁਣੀ 1,25,000 ਰੁਪਈਆ ਕਰਦੇ ਐ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਦੋਸਤੋ ਸੋ 2 ਜਨਵਾਰ ਆ ਦੋਨੇ ਹੀ ਬਾਈ ਹੁਣਾਂ ਦੇ ਘਰੇ ਖੜੇ ਐ ਏਰੀਆ ਬਾਈ ਹੁਣਾਂ ਦਾ ਜੈਤੋ ਪਿੰਡ ਐ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਐ ਦੋਸਤੋ ਜੈਤੋ ਜਿੱਥੇ ਇਹ ਜਾਨਵਰ ਖੜੇ ਐ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਲਿਓ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਹੈ ਦੋਸਤੋ ਸੋ ਜਿੰਨੀ ਕਿ ਜਾਣਕਾਰੀ ਮਾਲਕ ਵੀਰਾਂ ਵੱਲੋਂ ਦੱਸੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਕਰਨਾ ਇਹਦੀ ਜਾਂਚ ਪੜਤਾਲ ਕਰਨੀ ਤੁਹਾਡਾ ਕੰਮ ਹੈ ਦੋਸਤੋ ਤੁਸੀਂ ਆਪਦੇ ਤਰੀਕੇ ਨਾਲ ਕਰ ਸਕਦੇ ਆ ਸੋ ਜੇ ਕਿਸੇ ਸੱਜਣ ਨੇ ਆਪਦੇ ਜਾਨਵਰ ਦੀ ਐਡ ਆਪਣੇ ਇਸ ਚੈਨਲ ਤੇ ਲਵਾਉਣੀ ਹੋਵੇ ਜਾਂ ਫਾਰਮ ਤੇ ਇੰਟਰਵਿਊ ਵੀਡੀਓ ਕਰਨੀ ਹੋਵੇ ਤਾਂ ਸੰਪਰਕ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਆ ਦੋਸਤੋ ਇਸ ਨੰਬਰ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ